ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਪੀਜੀਆਈ ਚੂ ਦਾਖਲ ਰਾਮ ਰਹੀਮ ਬਾਰੇ ਆਈ ਵੱਡੀ ਖਬਰ ਡਾਕਟਰ ਰਹਿ ਗਏ ਹੈਰਾਨ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਸੀਂ ਵੀ ਹੋ ਜਾਓਗੇ ਪਰੇਸ਼ਾਨ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਅਦਾ ਤੋਂ ਵਾਅਦਾ ਸ਼ੇਅਰ ਕਰਨਾ ਨਾ ਭੁੱਲਿਓ ਖਬਰ ਆ ਜੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸੌਦਾ ਸਾਧ ਦੇ ਨਾਲ ਜੁੜੀ ਹੋਈ ਕਤਲ ਤੇ ਬਲਾਤਕਾਰ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਸੜ ਰਹੇ ਗੁਰਮੀਤ RAM ਰਹੀਮ ਨੂੰ ਉਹਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਰੋहतक ਦੇ ਵਿੱਚ ਸਥਿਤ ਪੀਜੀਆਈ ਦੇ ਐਮਐਸ ਹਸਪਤਾਲ ਵਿੱਚ ਕੱਲ੍ਹ ਸ਼ਾਮੀ ਦਾਖਲ ਕਰਵਾਇਆ ਗਿਆ ਸੀ ਡੇਰਾਮੁਖੀ RAM ਰਹੀਮ ਇਸ ਸਮੇਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਡੇਰੇ ਦੇ ਵਿੱਚ ਦੋ ਸ਼ਰਧਾਲੂ ਮਹਿਲਾਵਾਂ ਨਾਲ ਬਲਾਤਕਾਰ ਅਤੇ ਪੱਤਰਕਾਰ RAM ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ मामले ਦੀ ਸੁਣਵਾਈ ਗਈ 사ਜਾ ਦੇ ਅਧੀਨ 사ਜਾ ਕੱਟ ਰਿਹਾ ਹੈ ਤੇ ਉਹਨਾਂ ਨੂੰ ਚੱਕਰ ਆਉਣੇ ਜਿਹੜੇ ਜੇਲ੍ਹ ਦੇ ਵਿੱਚ ਸਟਾਰਟ ਹੋ ਗਏ ਜਿਸ ਤੋਂ ਬਾਅਦ ਭਾਰੀ ਸੁਰੱਖਿਆ ਹੇਠ ਹਸਪਤਾਲ ਲਿਜਾਇਆ ਗਿਆ ਜਿੱਥੇ ਅਧਿਕਾਰਿਕ ਸੂਤਰ ਦੱਸਦੇ ਨੇ ਕਿ ਡੇਰਾ ਮੁਖੀ ਨੂੰ ਹਾਈਪਰ ਟੈਨਸ਼ਨ ਸ਼ੂਗਰ ਅਤੇ ਚੱਕਰ ਆਉਣ ਦੀ ਸ਼ਿਕਾਇਤ ਇਸ ਸਮੇਂ ਹਸਪਤਾਲ ਵਿੱਚ ਡੇਰਾ ਮੁਖੀ ਦੀ ਹਾਲਤ ਸਥਿਰ ਹੈ ਤੇ ਉਹ ਜੇਰੇ ਇਲਾਜ 'ਤੇ ਉਸਨੇ ਬੈਡ ਬਲੱਡ ਸੈਂਪਲ ਅਤੇ ਹੋਰ ਟੈਸਟ ਕੀਤੇ ਜਾ ਰਹੇ ਨੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਪੁਸ਼ਪਾ ਦਾਇਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਕਰੋਨਾ ਟੈਸਟ ਮੌਜੂਦਾ ਸਥਿਤੀ ਦੇ ਅਨੁਸਾਰ ਕਰੋਨਾ ਸੰਬੰਧੀ ਜਾਰੀ ਕੀਤੇ ਗਏ ਪ੍ਰੋਟੋਕੋਲ ਦੇ ਅਨੁਸਾਰ ਕਰਵਾਏ ਜਾਣਗੇ ਉੱਥੇ ਹੀ ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਡੇਰਾ ਮੁਖੀ ਦੇ ਵੱਲੋਂ ਕਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਡਾਕਟਰਾਂ ਨੇ ਸੈਂਪਲ ਲੈ ਕੇ ਉਸ ਦਾ ਕਰੋਨਾ ਟੈਸਟ ਕਰ ਦਿੱਤਾ ਜਿੰਦੀ ਰਿਪੋਰਟ ਕੱਲ ਨੂੰ ਆਵੇਗੀ ਫਿਰ ਪਤਾ ਲੱਗੇਗਾ ਕਿ ਡੇਰਾ ਮੁਖੀ ਸੌਦਾ ਸਾਦ ਕਰੋਨਾ ਪੋਜ਼ਿਟਿਵ ਹੈ ਜਾਂ ਨਹੀਂ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਪੋਜ਼ਿਟਿਵ ਆ ਸਕਦਾ ਜਾਂ ਨਹੀਂ ਕਮੈਂਟ ਸੈਕਸ਼ਨ ਚ ਯੈਸ ਜਾਂ ਨੋ ਜ਼ਰੂਰ ਲਿਖੋ ਧੰਨਵਾਦ